ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ? ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ। ਕੋਰੋਨਾ ਵਾਇਰਸ ਕਰਕੇ ਹਜੇ ਵੀ ਫਿਲਹਾਲ ਇਸ ਟਾਈਮ ਤੱਕ ਵੀ ਸਾਰੀ ਦੁਨੀਆ ਦੇ ਵਿੱਚ ਮਾਹੌਲ ਹਜੇ ਡਰਦਾ ਹੀ ਹੈ, ਕਿਉਂਕਿ ਇਹਦੇ ਬਾਰੇ ਫਿਲਹਾਲ ਕੋਈ ਪੱਕੀ ਦੁਆ ਨਹੀਂ ਬਣੀ ਜੀ। ਇਟਲੀ ਦੇ ਵਿੱਚ ਪਹਿਲਾਂ ਕੋਰੋਨਾ ਵਾਇਰਸ ਬਾਰੇ ਗੱਲ ਕਰਦੇ ਹਾਂ ਜੀ। ਇਟਲੀ ਦੇ ਵਿੱਚ 304 ਬੱਚੇ ਜਿਹੜੇ ਚਾਈਨਾ ਤੋਂ ਆਏ ਨੇ, ਜਿਨ੍ਹਾਂ ਦਾ ਏਰੀਆ ਮੇਨ ਤੁਸਕਾਨਾ ਦਾ, ਸੈਂਟਰ ਚ ਤੁਸਕਾਨਾ ਦਾ, ਉੱਥੋਂ ਉਹ SALA ਵਾਲਿਆਂ ਨੇ ਕੀ ਕਿਹਾ ਜੀ ਕਿ ਉਹਨਾਂ ਦੇ ਘਰ ਦੇ ਫੈਮਿਲੀਆਂ ਨੇ 304 ਬੱਚਿਆਂ ਨੂੰ ਤਕਰੀਬਨ ਇਜ਼ੋਲਾਮੈਂਟ ਤੋਂ ਕੱਢਤਾ। ਕਹਿਣ ਦਾ ਮਤਲਬ ਘਰ ਦੇ ਵਿੱਚ ਬੰਦ ਕਰਕੇ ਰੱਖਿਆ, ਨੋਰਮਲੀ ਹੈ ਕਿ ਘਰ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦੇ ਰਹੇ। 304 ਬੱਚੇ ਜਿਨ੍ਹਾਂ ਦੇ ਵਿੱਚੋਂ 64 ਬੱਚੇ ਚਾਈਨੀਜ਼ ਦੇ, 64 ਬੱਚੇ ਫਰੈਂਸੇ ਦੇ ਵਿੱਚ, 230 ਪਰਾਤੋ ਦੇ ਵਿੱਚ ਆ, 2 ਪਿਸਤੌਈਆ ਦੇ ਵਿੱਚ ਅਤੇ 8 ਐਂਪਲੀ ਦੇ ਵਿੱਚ ਆ। ਇਸ ਹਿਸਾਬ ਨਾਲ ਤਕਰੀਬਨ 300 ਤੋਂ ਉੱਤੇ ਬੱਚਾ ਚਾਈਨੀਜ਼ ਫੈਮਿਲੀ ਦਾ, ਜੋ ਕਿ ਉਹ ਇਸ ਟਾਈਮ ਸਕੂਲੇ ਨਹੀਂ ਭੇਜ ਰਿਹਾ। ਉਹ ਕਹਿੰਦੇ ਆ ਕਿ 2 ਹਫ਼ਤੇ ਲਈ ਅਸੀਂ ਆਪਣੇ ਬੱਚਿਆਂ ਨੂੰ ਘਰ ਰੱਖਾਂਗੇ। ਅਤੇ ਜਿਹੜੀ ਸਰਕਾਰ ਆ, ਸਰਕਾਰ ਨੂੰ ਉਹਨਾਂ ਦੇ ਨਾਲ ਹੈਲਥ ਡਿਪਾਰਟਮੈਂਟ ਨਾਲ ਦੀ ਨਾਲ ਉਹਨਾਂ ਦੇ ਨਾਲ ਕੰਟੈਕਟ 'ਚ ਨੇ, ਹਰ ਰੋਜ਼ ਨੇ ਉਹਨਾਂ ਦੇ ਨਾਲ। ਮੀਡੀਆ ਤੋਰੀ ਕੁਲਚਰ ਵਾਲੇ ਜਿਹੜੇ ਟਰਾਂਸਲੇਸ਼ਨ ਹੁੰਦੇ ਆ, ਟਰਾਂਸਲੇਸ਼ਨ ਕਰਨ ਵਾਲੇ ਬੰਦੇ ਹੁੰਦੇ, ਉਹਨਾਂ ਦੇ ਨਾਲ ਕੰਟੈਕਟ ਵਿੱਚ ਆ ਕਿ ਅਗਰ ਬੱਚਿਆਂ ਨੂੰ ਕੋਈ ਵੀ ਖੰਘ ਰੇਸ਼ਾ ਗਲ ਦਰਦ ਹੁੰਦਾ ਜਾਂ ਕੁਛ ਵੀ ਇੱਦਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ, ਤਾਂ ਉਸੇ ਵਕਤ ਤੁਰੰਤ ਉਹਨਾਂ ਨੂੰ ਇਨਫੋਰਮ ਕੀਤਾ ਜਾਵੇ ਤਾਂ ਜੋ ਉਹਨਾਂ ਦਾ ਫਿਰ ਚੈੱਕਅਪ ਕੀਤਾ ਜਾਵੇ। ਉੱਥੇ ਦੂਜੇ ਪਾਸੇ ਚੱਲਦੇ ਹਾਂ ਜੀ। ਚਾਈਨਾ ਨੇ ਆਪਣਾ ਕਰੋਨਾ ਵਾਇਰਸ ਨੂੰ ਜਿਹੜਾ ਟੈਸਟਿੰਗ ਕਰਨ ਦਾ ਆਪਣਾ ਸਿਸਟਮ ਆ ਬਦਲ ਦਿੱਤਾ। ਕਰੋਨਾ ਵਾਇਰਸ ਜਾਂ ਫਿਰ COVID-19 ਤੁਸੀਂ ਇਹਨੂੰ ਕਹਿ ਸਕਦੇ ਹਾਂ, ਜਿਹਦੇ ਨਾਲ ਨਵੇਂ ਸਿਸਟਮ ਦੇ ਨਾਲ, ਚੈੱਕਅਪ ਦੇ ਸਿਸਟਮ ਦੇ ਨਾਲ 242 ਬੰਦਿਆਂ ਦੀ ਕੱਲ੍ਹ ਮੌਤ ਹੋਈ ਹੈ ਜੀ, ਜਿਹੜਾ ਸਿਰਫ ਇੱਕ ਦਿਨ ਦੇ ਵਿੱਚ 1350 ਬੰਦਾ ਵੱਧ ਗਿਆ ਜੀ। 1350 ਬੰਦਾ ਇੱਕ ਦਿਨ 'ਚ ਵਧਿਆ, ਇਸ ਹਿਸਾਬ ਨਾਲ, ਕਿਉਂਕਿ ਪਹਿਲਾਂ ਸਿਰਫ ਖੰਘ, ਰੇਸ਼ਾ, ਬੁਖਾਰ, ਜਿਨ੍ਹਾਂ ਨੂੰ ਸਾਹ ਨਹੀਂ ਆ ਰਿਹਾ ਸੀ ਉਹਨਾਂ ਨੂੰ ਚੈੱਕ ਕਰ ਰਹੇ ਸੀ, ਹੁਣ ਜਿੰਨਾ ਕੋਸ਼ਿਸ਼ ਹੋ ਰਹੀ ਆ ਜ਼ਿਆਦਾ ਤੋਂ ਜ਼ਿਆਦਾ ਬੰਦਿਆਂ ਨੂੰ ਚੈੱਕ ਕਰ ਰਹੇ ਆ ਜੀ। ਘਰਾਂ ਘਰਾਂ 'ਚ, ਉੱਥੇ ਨਾਲ ਨੇੜੇ ਨੇੜੇ ਸ਼ੰਘਾਈ ਹੋ ਗਿਆ, ਹੌਂਗਕੌਂਗ ਹੈ, ਉੱਥੇ ਜਿਹੜੇ ਨੇੜੇ ਨੇੜੇ ਵੱਡੀਆਂ ਸ਼ਹਿਰ ਆ ਜੀ, ਉਹਨਾਂ ਦੇ ਵਿੱਚ ਸਵੇਰੇ ਸ਼ਾਮ ਉਹਨਾਂ ਦੇ ਹੋਟਲਾਂ ਦੇ ਵਿੱਚ, ਰੈਸਟੋਰੈਂਟ 'ਤੇ ਸਵੇਰੇ ਸ਼ਾਮ ਜਿਹੜੇ ਬੰਦੇ ਰਹਿ ਰਹੇ ਆ, ਟੂਰਿਸਟ ਬੰਦੇ, ਸਵੇਰੇ ਸ਼ਾਮ ਉਹਨਾਂ ਦਾ ਬੁਖਾਰ ਨਾਪਿਆ ਜਾ ਰਿਹਾ, ਅਤੇ ਫਿਰ ਸਰਕਾਰ ਨੂੰ ਉਹਨਾਂ ਦਾ ਸਵੇਰੇ ਸ਼ਾਮ ਦਾ ਡਾਟਾ ਭੇਜਿਆ ਜਾ ਰਿਹਾ ਜੀ। ਉੱਥੇ ਜਿੱਥੇ ਇੱਕ ਪਾਸੇ ਬਹੁਤ ਮੌਤਾਂ ਹੋ ਰਹੀਆਂ ਨੇ, ਕਾਫੀ ਪ੍ਰੋਬਲਮ ਹੋ ਰਹੀ ਆ, ਬੰਦਿਆਂ ਦੇ ਕੇਸ ਵਧੀ ਜਾ ਰਹੇ ਨੇ, ਉੱਧਰ ਹੀ ਦੂਜੇ ਪਾਸੇ ਇਟਲੀ ਦੇ ਵਿੱਚ ਜਿਹੜੇ 20 ਚਾਈਨੀਜ਼ ਨੂੰ ਡਿਸਚਾਰਜ ਕਰ ਦਿੱਤਾ ਗਿਆ ਜੀ। ਜਿਹੜਾ ਆਪਣਾ ਹੋਸਪਿਟਲ ਆ ਉਹਦੇ ਵਿੱਚੋਂ, ਰੋਮਾ ਦੇ ਵਿੱਚੋਂ ਹੋਸਪਿਟਲ ਤੋਂ ਡਿਸਚਾਰਜ ਕਰ ਦਿੱਤੇ ਗਏ ਜੀ, ਕਿ ਉਹ ਬਿਲਕੁਲ ਸਹੀ ਨੇ। ਅਤੇ ਜਿੱਥੇ ਇੱਕ ਪਾਸੇ ਰੋਮਾ ਆਪਣੇ ਬੰਦਿਆਂ ਨੂੰ ਰਿਹਾਅ ਕਰਦਾ, ਆਪਣੇ ਉੱਥੋਂ ਠੀਕ ਹੋ ਗਏ ਨੇ, ਇਹ ਗੱਲ ਦਾ ਸਬੂਤ ਦੇ ਕੇ ਉਹਨਾਂ ਨੂੰ ਉੱਥੋਂ ਬਾਇੱਜ਼ਤ ਬਰੀ, ਇਸ ਹਿਸਾਬ ਨਾਲ ਮੈਂ ਕਿਉਂ ਕਹਿ ਰਿਹਾ ਜੀ, ਕਿਉਂਕਿ ਇਟਲੀ ਦੇ ਵਿੱਚ ਇੱਕ ਕੇਸ ਹੋਇਆ ਜੀ। ਕੇਸ ਕੀ ਹੋਇਆ ਜੀ, ਚਾਈਨੀਜ਼ ਫੈਮਿਲੀ ਨੂੰ ਟਾਰਗੇਟ ਕੀਤਾ ਗਿਆ, ਜੋ ਕਿ ਸੋਮਵਾਰ ਮੰਗਲਵਾਰ ਤੁਰੀਨੋ ਦੇ ਵਿੱਚ ਹੋਇਆ, ਜਿੱਥੇ ਕਾਪੀਆਂ ਦੀ ਜਰਮਨੀ ਚੀਨੀ ਸੀ, ਇੱਕ ਫੈਮਿਲੀ ਸੀਗੀ ਉਹਨਾਂ ਨੂੰ, ਜੋ ਕਿ ਕਾਫੀ ਸਾਲਾਂ ਤੋਂ ਇਟਲੀ ਦੇ ਵਿੱਚ ਰਹਿ ਰਹੇ ਸੀ, ਉਹਨਾਂ ਨੂੰ ਇੱਦਾਂ ਕਿਹਾ ਗਿਆ ਕਿ ਉਹ ਹੀ ਸੇ ਤੇਲ ਵੀ ਰੁਸ਼ਕੇ, ਤੁਸੀਂ ਵਾਇਰਸ ਆ, ਤੁਸੀਂ ਹੀ ਬਿਮਾਰੀ ਦੀ ਜੜ੍ਹ ਆ, ਇੱਥੋਂ ਭੱਜ ਜਾਓ, ਨੜ ਜਾਓ। ਉਹਨਾਂ ਨੂੰ ਧੱਕੇ ਮਾਰੇ ਗਏ, ਸੱਟਾਂ ਮਾਰੀਆਂ ਗਈਆਂ, ਉਹਨਾਂ 'ਤੇ ਬੋਤਲਾਂ ਜਿਹੜੀਆਂ ਕੱਚ ਦੀਆਂ ਬੋਤਲਾਂ ਭੰਨੀਆਂ ਗਈਆਂ, ਅਤੇ ਹੁਣ ਸਰਕਾਰ ਲੱਭ ਰਹੀ ਹੈ ਜਿਹੜੇ ਬੰਦੇ ਨੇ ਉਹਨਾਂ 'ਤੇ ਇੱਦਾਂ ਕਹਿ ਕੇ ਹਮਲਾ ਕੀਤਾ ਜੀ। ਇੱਕ ਪਾਸੇ ਇੱਦਾਂ ਦੇ ਚਾਂਸ ਹੋ ਰਹੇ ਨੇ, ਇੱਕ ਪਾਸੇ ਉੱਦਾਂ ਦੇ ਚਾਂਸ ਹੋ ਰਹੇ ਨੇ। ਹਰ ਇਸ ਟਾਈਮ ਜ਼ਿਆਦਾਤਰ ਹਰ ਇੱਕ ਬੰਦੇ ਦੇ ਨਹੀਂ, ਜ਼ਿਆਦਾਤਰ ਬੰਦਿਆਂ ਦੀ ਨਜ਼ਰ 'ਚ ਚਾਈਨਾ ਇਕੁਅਲ ਟੂ ਵਾਇਰਸ, ਹਰ ਬੰਦਾ ਚਾਈਨੀਜ਼ ਬੰਦਿਆਂ ਨੂੰ ਵਾਇਰਸ ਦੇ ਨਜ਼ਰ ਨਾਲ ਹੀ ਦੇਖ ਰਿਹਾ ਜੀ, ਜੋ ਕਿ ਸਰਾਸਰ ਗਲਤ ਆ ਜੀ। ਜਿਹੜੇ ਬੰਦੇ ਇੱਥੇ ਹੀ ਰਹਿ ਰਹੇ ਨੇ ਫਿਲਹਾਲ, ਉਹਨਾਂ ਨੂੰ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੈਗੀ, ਜਿਹੜਾ ਉੱਥੋਂ ਆਇਆ ਉਹਨੂੰ ਹੋ ਸਕਦੀ ਆ, ਜੋ ਕਿ ਇਹ ਵੀ ਪੱਕੀ ਗੱਲ ਨਹੀਂ। ਅਤੇ ਇੱਕ ਹੋਰ ਜ਼ਰੂਰੀ ਗੱਲ ਜੀ, ਜ਼ਰੂਰੀ ਨਹੀਂ ਸਿਰਫ ਚਾਈਨੀਜ਼ ਬੰਦੇ ਨੂੰ ਹੀ ਵਾਇਰਸ ਹੋਇਆ ਸਕਦਾ, ਕਿਸੇ ਵੀ ਕੰਟਰੀ ਦੇ ਬੰਦੇ ਨੂੰ ਵਾਇਰਸ ਹੋਇਆ ਹੋ ਸਕਦਾ। ਸਵੇਰੇ ਹੀ ਖਬਰ ਚੱਲ ਰਹੀ ਸੀ ਕਿ ਵੀਅਤਨਾਮ ਦੇ ਵਿੱਚ 10,000 ਬੰਦਿਆਂ ਨੂੰ ਹਾਊਸ ਅਰੈਸਟ ਹੀ ਕਹਿ ਸਕਦੇ ਹਾਂ ਤੁਸੀਂ, ਸ਼ੱਕ ਦੇ ਬੁਨਿਆਦ 'ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਘਰੋਂ ਬਾਹਰ ਨਾ ਨਿਕਲੋ 2 ਹਫ਼ਤੇ ਲਈ, ਕਿਉਂਕਿ ਉੱਥੇ ਵੀ ਇੱਦਾਂ ਦੇ ਕੇਸ ਹੋ ਰਹੇ ਆ, ਹਰ ਦੁਨੀਆ 'ਚ ਹਰ ਪਾਸੇ ਕੇਸ ਹੋ ਰਹੇ ਨੇ। ਜ਼ਰੂਰੀ ਨਹੀਂ ਚਾਈਨਾ 'ਚ ਸਭ ਤੋਂ ਜ਼ਿਆਦਾ ਆ, ਪਰ ਦੁਨੀਆ 'ਚ ਹਰ ਪਾਸੇ ਇੱਦਾਂ ਦਾ ਕੇਸ ਹੋ ਰਿਹਾ ਜੀ। ਮਿਲਾਨ ਦੇ ਵਿੱਚ ਹੋਇਆ ਇੱਕ ਬਹੁਤ ਹੀ ਦਰਦਨਾਕ ਭਿਆਨਕ ਹਾਦਸਾ, ਜਿੱਥੇ ਇੱਕ 20 ਸਾਲ ਦੀ ਕੁੜੀ ਟੂਰਿਸਟ ਜਿਹੜੀ ਘੁੰਮ ਰਹੀ ਸੀ, ਆਪਣੀ 3 ਸਹੇਲੀਆਂ ਦੇ ਨਾਲ ਘੁੰਮ ਰਹੀ ਸੀ, ਕੋਰੀਆ ਦੀ ਸੀਗੀ ਕੁੜੀ, ਅਤੇ ਜੋ ਕਿ ਤਰਾਮ ਹੁੰਦੀ ਹੈ ਜਿਹੜੀ, ਉਹਦੇ ਥੱਲੇ ਆ ਕੇ ਉਹਦੀ ਮੌਤ ਹੋ ਗਈ ਆ। ਅਤੇ ਤਕਰੀਬਨ ਪੁਲਿਸ ਵਾਲਿਆਂ ਦਾ ਅਤੇ 118 ਨੰਬਰ ਜਿਹੜੇ ਆ ਉਹਨਾਂ ਦਾ ਕਹਿਣਾ ਇਹ ਹੈ ਜੀ ਕਿ ਇਹ ਤਕਰੀਬਨ ਰਾਤ ਦੇ 11:30 ਵਜੇ ਇਹ ਕਾਰਨਾਮਾ ਹੋਇਆ ਜੀ, ਪਿਆਸਾ ਓਬਰਦਨ ਵਿੱਚ ਇਹ ਕੰਮ ਹੋਇਆ। ਅਤੇ ਉਹਨਾਂ ਦੀਆਂ ਜਿਹੜੀਆਂ ਨਾਲ ਦੀਆਂ 3 ਸਹੇਲੀਆਂ ਨਹੀਂ ਸੀ, ਉਹਨਾਂ ਨੂੰ ਇਸ ਟਾਈਮ ਹੋਸਪਿਟਲ ਵਿੱਚ ਲੈ ਕੇ ਜਾ ਗਿਆ, ਪਰ ਉਹ ਬਿਲਕੁਲ ਠੀਕ ਨੇ,
ਠੀਕ ਹੈਗੀ ਆ, ਉਹਨਾਂ ਨੂੰ ਕੋਈ ਸੱਟ ਚੋਟ ਨਹੀਂ ਲੱਗੀ, ਪਰ ਸਦਮੇ ਵਿੱਚ ਨੇ ਇਸ ਟਾਈਮ, ਹੋਸਪਿਟਲ ਵਿੱਚ ਉਹ ਸਤਾਤੋ ਦੀ ਸ਼ੌਕ ਵਿੱਚ ਐਡਮਿਟ ਨੇ ਜੀ। ਅਗਲੇ ਹਾਦਸੇ ਵੱਲ ਚੱਲਦੇ ਹਾਂ, ਜੋ ਕਿ ਕਮੂਨੇ ਦੀ ਲੁੱਕਾ ਸਕੂਲ ਆ, ਸਕੂਲ ਇੰਸਟੀਟਿਊਟ ਤੋਂ ਅਗਰ ਆ ਰਹੀ ਉਹ ਬੁਸ਼ ਦਰਾਗੀ ਦੀ ਮੂਤੀਲਿਆਂ ਨੂੰ, ਜਿੱਥੇ ਇੱਕ 14 ਸਾਲ ਬੱਚਾ, 14 ਸਾਲ ਦਾ ਬੱਚਾ ਬੱਸ ਥੱਲੇ ਆ ਗਿਆ ਜੀ। ਬੱਸ ਥੱਲੇ ਆਉਣ ਦਾ ਕਾਰਨ ਕੀ ਸੀ ਫਿਲਹਾਲ ਇਹ ਪੱਕਾ ਨਹੀਂ ਪਤਾ ਲੱਗਾ, ਪਰ ਜੋ ਕਿ ਮੌਕੇ ਵਾਰਦਾਤ 'ਤੇ ਜਿਹੜੇ ਉੱਥੇ ਗਵਾਹ ਸੀ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਬੱਚਾ ਪਹਿਲਾਂ ਸੜਕ ਉੱਤੇ ਡਿੱਗਿਆ, ਸੜਕ 'ਤੇ ਡਿੱਗਣ ਤੋਂ ਬਾਅਦ ਜਿਹੜਾ ਉਹ ਬੱਸ ਦੇ ਟਾਇਰਾਂ ਥੱਲੇ, ਬੱਸ ਥੱਲੇ ਆ ਜਾਂਦਾ ਹੈ। ਅਤੇ ਬਿਜਲੀ ਦਿਲ ਫੋਕ ਜਿਹੜੇ ਆਪਣੇ ਹੁੰਦੇ ਆ, ਫਾਇਰ ਬ੍ਰਿਗੇਡ ਵਾਲੇ ਨੇ, ਉਹਨਾਂ ਨੇ ਉਸੇ ਟਾਈਮ ਆ ਕੇ ਬੱਚੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਅਤੇ ਇੱਕ ਸਪੈਸ਼ਲ ਤਰ੍ਹਾਂ ਦਾ ਹਵਾ ਭਰਨ ਵਾਲਾ ਗੁਬਾਰਾ ਸੀ, ਹਵਾ ਭਰਨ ਵਾਲਾ ਗੁਬਾਰਾ ਖੁਸ਼ੀ ਨੂੰ ਅਦਾ ਰਹੀ ਆ, ਇੱਕ ਸਿਰਹਾਣੇ ਵਰਗਾ ਹੁੰਦਾ, 'ਚ ਬੜੇ ਪ੍ਰੈਸ਼ਰ ਨਾਲ ਹਵਾ ਭਰੀ ਜਿਹਦੇ ਨਾਲ ਬੱਸ ਨੂੰ ਚੱਕਿਆ ਗਿਆ ਉਸ ਨਾਲ ਪ੍ਰੈਸ਼ਰ ਦੇ ਨਾਲ। ਉਸ ਤੋਂ ਬਾਅਦ ਜਿੰਨੇ 'ਚ ਇਹ ਉਹਨਾਂ ਨੇ ਬੱਚੇ ਨੂੰ ਕੱਢਿਆ, ਉਨੇ ਦੇ ਵਿੱਚ ਹੈਲੀਕਾਪਟਰ ਆ ਗਿਆ ਅਤੇ ਹੈਲੀਕਾਪਟਰ ਦੇ ਨਾਲ ਉਹਨਾਂ ਨੂੰ ਹੋਸਪਿਟਲ ਲੈ ਕੇ ਗਿਆ ਜੀ, ਪੇਗਾਸੋ ਦੀ ਚੀਜ਼ਾਂ ਲੈ ਲਓ, ਹੋਸਪਿਟਲ ਦਾ ਨਾਂ ਹੈ ਪੇਗਾਸ, ਜਿੱਥੇ ਉਹਨੂੰ ਦੇਖਿਆ ਗਿਆ ਅਤੇ ਉਹਦੀਆਂ ਲੱਤਾਂ ਬਾਹਾਂ 'ਤੇ ਕਾਫੀ ਸੱਟਾਂ ਲੱਗੀਆਂ, ਮੁੰਡਾ ਬਹੁਤ ਹੀ ਗੰਭੀਰ ਹਾਲਾਤ ਵਿੱਚ ਆ, ਅਤੇ ਫਿਲਹਾਲ ਉਹਦੀ ਜਾਨ ਬਚ ਗਈ। ਅੱਜ 1:30 ਵਜੇ ਇਹ ਕੰਮ ਹੋਇਆ ਕਮੂਨੇ ਦੀ ਲੋਕਾਂ ਵਿੱਚ। ਹੁਣ ਚੱਲਦੇ ਹਾਂ ਜੀ ਆਪਣੀ ਅਗਲੀ ਖਬਰ ਵੱਲ, ਜੋ ਕਿ 9 ਮਹੀਨਿਆਂ ਦੇ ਪੇਪਰਾਂ ਬਾਰੇ ਹੈ। ਅਤੇ ਹਰ ਕਮੈਂਟ ਦੇ ਵਿੱਚ 9 ਮਹੀਨੇ ਦੇ ਪੇਪਰਾਂ ਬਾਰੇ ਜ਼ਰੂਰ ਪੁੱਛਿਆ ਜਾਂਦਾ ਕਿ ਮੇਰੇ 9:00 ਇੰਨੇ ਮਿੰਟ 'ਤੇ ਜਾਂ ਇੰਨੇ ਮਿੰਟ 'ਤੇ ਇਸ ਏਰੀਏ ਦੇ ਵਿੱਚ ਪੇਪਰ ਭਰੇ। ਉਹਨਾਂ ਸਾਰੇ ਵੀਰਾਂ ਨੂੰ, ਭੈਣਾਂ ਨੂੰ ਜਿਨ੍ਹਾਂ ਨੇ ਪੇਪਰ ਅਪਲਾਈ ਕੀਤੇ, ਅਸੀਂ ਕਹਿਣਾ ਚਾਹੁੰਦੇ ਹਾਂ ਕਿ ਫਿਲਹਾਲ ਇਹਦਾ ਕੁਛ ਵੀ ਦੱਸਣਾ ਮੁਸ਼ਕਲ ਹੈ ਕਿ ਤੁਹਾਡੇ ਨਿਕਲਣੇ ਆ ਜਾਂ ਨਹੀਂ ਨਿਕਲਣੇ ਆ। ਇੱਕ ਗੱਲ ਜਿਹੜੀ ਸ਼ੋਰ ਹੁੰਦੀ ਉਹ ਇਹ ਹੁੰਦੀ ਹੈ ਜੀ ਕਿ ਤੁਹਾਡੇ ਏਰੀਏ ਦਾ ਅਗਰ ਕੋਟਾ ਖਤਮ ਨਹੀਂ ਹੋਇਆ ਤਾਂ ਫਿਰ ਚਾਹੇ ਤੁਹਾਡੇ ਇੱਕ ਦਿਨ ਬਾਅਦ ਭਰੇ ਹੋਣ ਪੇਪਰ, ਚਾਹੇ ਤੁਸੀਂ ਮਹੀਨਾ ਪਹਿਲਾਂ ਹੀ ਪੇਪਰ ਭਰੇ ਹੋਣ, ਕਿਉਂਕਿ 31 ਦਸੰਬਰ ਤੱਕ ਇਹ ਪੇਪਰ ਖੁੱਲ੍ਹੇ ਸੀਗੇ, ਭਾਵੇਂ ਤੁਸੀਂ 30 ਦਸੰਬਰ ਨੂੰ ਭਰੇ ਸੀ, ਅਗਰ ਤਾਂ ਕੋਟਾ ਸੀਗਾ ਫਿਰ ਤਾਂ ਤੁਹਾਡੇ ਨਿਕਲਣ ਦੇ ਚਾਂਸ ਪੂਰੇ ਹੈਗੇ। ਅਤੇ ਜੇ ਤੁਹਾਡੇ ਜਿਹੜਾ ਏਰੀਏ ਦਾ ਕੋਟਾ ਖਤਮ ਹੋਇਆ ਹੋਵੇ ਤਾਂ ਫਿਰ ਜਿਹੜੇ ਚਾਂਸ ਆ ਥੋੜ੍ਹੇ ਘੱਟ ਹੁੰਦੇ ਆ ਜੀ। ਅਤੇ ਇੱਕ ਗੱਲ ਹੋਰ ਜੀ, 9 ਮਹੀਨੇ ਦੇ ਪੇਪਰ ਖੁੱਲ੍ਹਣੇ ਆ ਜੇ ਨਹੀਂ ਖੁੱਲ੍ਹਣੇ, ਇਹਦੇ ਬਾਰੇ ਵੀ ਹਰ ਵਾਰ ਪੁੱਛਿਆ ਜਾਂਦਾ ਕਿ ਇਸ ਸਾਲ ਕਦੋਂ ਖੁੱਲ੍ਹੂਗੇ। 9 ਮਹੀਨਿਆਂ ਦੇ ਪੇਪਰ ਹਰ ਸਾਲ ਖੁੱਲ੍ਹਦੇ ਰਹੇ ਆ, ਅਤੇ ਹੁਣ ਇਸ ਸਾਲ ਵੀ ਖੁੱਲ੍ਹਣੇ ਆ ਅਤੇ ਅਗਲੇ ਸਾਲਾਂ ਤੱਕ ਵੀ ਖੁੱਲ੍ਹਦੇ ਰਹਿਣੇ ਆ ਜੀ। ਅਗਰ ਤੁਹਾਨੂੰ ਕੋਈ ਵੀ ਬੰਦਾ ਕਹਿੰਦਾ ਇੰਡੀਆ ਤੋਂ ਫੋਨ ਆਉਂਦਾ, ਕਿਸੇ ਵੀ ਪਾਸਿਓਂ ਫੋਨ ਆਉਂਦਾ ਕਿ ਇਟਲੀ ਦੇ ਵਿੱਚ ਪੇਪਰ ਖੁੱਲ੍ਹ ਗਏ ਨੇ, ਤਾਂ ਉਹਨਾਂ ਦਾ ਉਸੇ ਟਾਈਮ ਯਕੀਨ ਨਾ ਕਰਿਓ ਜੀ, ਕਿਉਂਕਿ ਇਟਲੀ ਵਿੱਚ ਵੀ ਇਸ ਟਾਈਮ ਕਿਸੇ ਨੂੰ ਨਹੀਂ ਪਤਾ ਕਿ ਪੇਪਰ ਕਦੋਂ ਖੁੱਲ੍ਹਣੇ ਆ। ਜਿਸ ਟਾਈਮ ਵੀ ਪੇਪਰ ਖੁੱਲ੍ਹਣੇ ਆ, ਸਭ ਤੋਂ ਪਹਿਲਾਂ ਇਟਲੀ ਦੇ ਵਿੱਚ ਗਜ਼ੇਟਾ ਇੱਕ ਅਖਬਾਰ ਛਪਦੀ ਹੈ, ਉਸ ਅਖਬਾਰ ਦੇ ਵਿੱਚ ਜਦੋਂ ਵੀ ਕੋਈ ਨਵਾਂ ਕਾਨੂੰਨ ਆਉਂਦਾ ਉਹਦੇ ਬਾਰੇ ਲਿਖਿਆ ਜਾਂਦਾ। ਇਸੇ ਤਰ੍ਹਾਂ ਕਾਨੂੰਨਾਂ ਦੇ ਨਾਲ ਨਾਲ ਜਿਸ ਤਰ੍ਹਾਂ ਜਿਸ ਦਿਨ ਪੇਪਰ ਖੁੱਲ੍ਹਣੇ ਆ ਉਹ ਵੀ ਉਹਦੇ ਵਿੱਚ ਛਪਿਆ ਆਉਣਾ। ਇੰਟਰਨੈਟ 'ਤੇ ਅਸੀਂ ਜਿੰਨਾ ਚਿਰ ਮਰਜ਼ੀ ਪੜ੍ਹ ਲਈਏ, ਜੋ ਮਰਜ਼ੀ ਪੜ੍ਹ ਲਈਏ, ਜਿੰਨਾ ਚਿਰ ਉਸ ਅਖਬਾਰ ਦੇ ਵਿੱਚ ਔਫੀਸ਼ੀਅਲ ਅਖਬਾਰ ਆ, ਜਿੰਨੇ ਵੀ ਨਵੇਂ ਕਾਨੂੰਨ ਆਉਂਦੇ ਆ ਜੋ ਵੀ ਆਉਂਦਾ ਸਭ ਕੁਛ ਉਹਦੇ ਵਿੱਚ ਹੀ ਛਾਪਿਆ ਜਾਂਦਾ, ਜਿੰਨਾ ਚਿਰ ਉਹਦੇ ਵਿੱਚ ਨਹੀਂ ਲਿਖਿਆ ਆਉਂਦਾ ਉਨਾ ਚਿਰ ਇਟਲੀ ਦੇ ਪੇਪਰਾਂ ਬਾਰੇ ਕੋਈ ਵੀ ਨਹੀਂ ਦੱਸ ਸਕਦਾ। ਹਾਂਜੀ, ਜਿੱਦਣ ਉਹ ਲਿਖਿਆ ਆ ਗਿਆ ਉਸ ਦਿਨ ਉਹ 'ਚ ਲਿਖਿਆ ਇਹ ਵੀ ਆ ਜਾਣਾ ਵੀ ਕਦੋਂ ਇਹ ਕਾਨੂੰਨ ਪਾਸ ਕੀਤਾ ਹੈ। ਐਗਜ਼ੈਂਪਲ ਦੇ ਤੌਰ 'ਤੇ ਅਗਲੇ ਹਫ਼ਤੇ ਪੇਪਰ ਖੁੱਲ੍ਹਦੇ ਆ, ਉਹਦੇ ਵਿੱਚ ਛਪਿਆ ਜਾਂਦਾ ਵੀ ਅਗਲੀ ਅੱਜ ਕਿੰਨੀ ਤਰੀਕ ਆ, ਅੱਜ 13 ਤਰੀਕ ਆ, ਕਿ ਅਗਲੀ 20 ਤਰੀਕ ਤੋਂ, ਅਗਲੀ 25 ਤਰੀਕ ਤੋਂ ਤੁਸੀਂ ਪੇਪਰ ਭਰ ਸਕਦੇ ਆ, ਅਗਲੀ 30 ਤਰੀਕ ਤੋਂ ਪੇਪਰ ਭਰ ਸਕਦੇ ਆ। ਅਤੇ ਉਸ ਗਜ਼ਦਹਿਤਾ ਉਸ ਅਖਬਾਰ ਦੇ ਵਿੱਚ, ਉਸ ਰਸਾਲੇ ਦੇ ਵਿੱਚ ਇਹ ਵੀ ਲਿਖਿਆ ਹੋਣਾ ਕਿ 30 ਤਰੀਕ ਤੋਂ ਪੇਪਰ ਭਰਨੇ ਸ਼ੁਰੂ ਹੋਏ ਆ, ਪਰ ਇਸ ਦੀ ਜਿਹੜੀ ਆ ਪੇਪਰਾਂ ਦੀ ਮਨਜ਼ੂਰੀ ਭਾਵੇਂ ਜਨਵਰੀ ਵਿੱਚ ਹੀ ਮਿਲ ਗਈ ਹੋਵੇ, ਇਸ ਹਿਸਾਬ ਨਾਲ ਹੁੰਦਾ। ਉਸ ਤੋਂ ਬਾਅਦ ਚੱਲਦੇ ਹਾਂ ਜੀ ਓਪਨ ਇਮੀਗ੍ਰੇਸ਼ਨ ਵੱਲ, ਕਿ ਇਟਲੀ ਦੇ ਜਿਹੜੀ ਓਪਨ ਇਮੀਗ੍ਰੇਸ਼ਨ ਆ ਇਹਦਾ ਕੀ ਹਿਸਾਬ ਦਾ ਵਾ। ਓਪਨ ਇਮੀਗ੍ਰੇਸ਼ਨ ਜਿੱਦਾਂ ਕਿ ਤੁਹਾਨੂੰ ਹਰ ਵਾਰ ਅਸੀਂ ਦੱਸਦੇ ਹਾਂ ਜੀ ਕਿ ਫਿਲਹਾਲ ਇਸ ਟਾਈਮ ਕੋਈ ਵੀ ਔਫੀਸ਼ੀਅਲ ਡੇਟ ਨਹੀਂ ਆਈ ਕਦੋਂ ਖੁੱਲ੍ਹਣੀ ਆ, ਜੂਨ ਤੱਕ ਜ਼ਰੂਰ ਉਮੀਦ ਆ ਕਿ ਜੂਨ ਤੱਕ ਇਹ ਖੁੱਲ੍ਹ ਜਾਣੀ ਆ, ਉਮੀਦ ਆ ਜੀ, ਇਹਦਾ ਵੀ ਮੈਂ ਤੁਹਾਨੂੰ ਪੱਕਾ ਨਹੀਂ ਕਹਿ ਰਿਹਾ। ਇਹ ਗੱਲ ਜ਼ਰੂਰ ਆ ਕਿ ਸਰਕਾਰ ਇਸ ਉੱਤੇ ਗੱਲਬਾਤ ਕਰ ਰਹੀ ਆ, ਬਹੁਤ ਜਲਦ ਕੋਈ ਨਾ ਕੋਈ ਫੈਸਲਾ ਲਿਆ ਜਾਣਾ। ਸਰਕਾਰ ਨੇ ਇਹ ਵੀ ਗੱਲ ਕਹੀ ਆ, ਜਿਨ੍ਹਾਂ ਬੰਦਿਆਂ ਕੋਲ ਆਪਣਾ ਕੰਮ ਦਾ ਕੰਟਰੈਕਟ ਹੋਇਆ, ਜਿਨ੍ਹਾਂ ਬੰਦਿਆਂ ਕੋਲ ਮਾਲਕ ਹੈ ਕਿ ਅਸੀਂ ਇਸ ਬੰਦੇ ਨੂੰ ਕੰਮ 'ਤੇ ਰੱਖਾਂਗੇ, ਉਹ ਬੰਦੇ ਪੱਕੇ ਕੀਤੇ ਜਾਣਗੇ। ਅਤੇ ਇੱਕ ਹੋਰ ਤੁਹਾਨੂੰ ਅਸੀਂ ਖਬਰ ਦੇਣਾ ਚਾਹੁੰਦੇ ਹਾਂ, ਜਿਨ੍ਹਾਂ ਨਾਲ ਸ਼ਾਇਦ ਜਿਹੜੇ ਕੱਚੇ ਬੰਦੇ ਆ ਉਹਨਾਂ ਦੇ ਮਨ 'ਚ ਇੱਕ ਆਸ, ਇੱਕ ਉਮੀਦ ਦੀ ਕਿਰਨ ਜਾਗੇ। ਪੱਕਾ ਇਟਲੀ ਦੇ ਵਿੱਚ ਪੇਪਰ ਲੈਣੇ ਪੱਕਾ ਹੋਣਾ ਸਿਰਫ ਓਪਨ ਇਮੀਗ੍ਰੇਸ਼ਨ ਦੇ ਨਾਲ ਹੀ ਨਹੀਂ, ਹੋਰ ਵੀ ਬਹੁਤ ਸਾਰੇ ਤਰੀਕੇ ਆ। ਅਗਰ ਤੁਸੀਂ ਇਟਲੀ ਦੇ ਸੋਸਾਇਟੀ ਲਈ ਕੁਛ ਕਰ ਰਹੇ ਹੋ, ਇਟਲੀ ਦੇ ਵਿੱਚ ਤੁਸੀਂ ਕੁਛ ਕੰਮ ਕਰ ਰਹੇ ਹੋ ਜੋ ਕਿ ਇਟਲੀ ਲਈ ਸਹੀ ਹੈ, ਐਗਜ਼ੈਂਪਲ ਦੇ ਲਈ ਬੱਬਰ ਨਾਂ ਦਾ ਇੱਕ ਪਾਕਿਸਤਾਨੀ ਬੰਦਾ ਸੀ, ਇੱਕ ਮੁੰਡਾ ਸੀ, ਇੱਕ ਬੰਦਾ ਸੀ, ਤੁਸੀਂ ਰੱਖ ਸਕਦੇ ਆ, ਜੋ ਕਿ ਹਰ ਰੋਜ਼ ਜੋ
ਅਸੀਂ ਜਿਹੜਾ ਪੜ੍ਹਿਆ ਉਹਦੀ ਜਿਹੜੀ ਸਟੋਰੀ ਪੜ੍ਹੀ ਆ ਉਹਦੇ ਵਿੱਚ ਇਹ ਲਿਖਿਆ ਕਿ ਪਹਿਲਾਂ ਕਿਸੇ ਦੁਕਾਨ ਮੂਹਰੇ ਬੈਠ ਕੇ ਉਹ ਭੀਖ ਮੰਗਦਾ ਸੀ ਅਤੇ ਉਸ ਤੋਂ ਬਾਅਦ ਉਹਨੂੰ ਕਿਸੇ ਨੇ ਕੁਛ ਕਿਹਾ ਹੋਊਗਾ ਜਾਂ ਕੁਛ ਵੀ ਹੈ, ਉਹ ਬੰਦਾ ਉਸ ਤੋਂ ਬਾਅਦ ਪਾਰਕਾਂ ਦੀ ਸਫਾਈ ਕਰਨ ਲੱਗ ਪਿਆ। ਹਰ ਰੋਜ਼ ਪਾਰਕ ਦੀ ਸਫਾਈ ਕਰਦਾ ਸੀ ਅਤੇ ਬੰਦਿਆਂ ਨੇ ਉਹਨੂੰ ਪਾਰਕ ਦੀ ਸਫਾਈ ਕਰਦੇ ਦੇਖਿਆ, ਉਹਦੇ ਕੋਲ ਪੇਪਰ ਨਹੀਂ ਸੀ। ਅਤੇ ਫਿਰ ਪਿੰਡਾਂ ਵਾਲਿਆਂ ਨੇ ਹੌਲੀ ਹੌਲੀ ਇੱਕ ਮਹੀਨੇ ਬਾਅਦ ਉਹਨੂੰ ਦੇਖਣਾ ਸ਼ੁਰੂ ਕੀਤਾ ਕਿ ਬੰਦਾ ਸਾਨੂੰ ਪਾਰਕਾਂ ਨੂੰ ਸਾਫ਼ ਕਰ ਰਿਹਾ, ਸਾਰੇ ਪਾਸੇ ਸਫਾਈ ਕਰ ਰਿਹਾ। ਅਤੇ ਹੌਲੀ ਹੌਲੀ ਕੋਈ ਉਹਨੂੰ ਕੱਪੜੇ ਦੇਣ ਲੱਗ ਗਿਆ, ਕੋਈ ਖਾਣ ਵਾਲੀ ਚੀਜ਼ ਦੇਣ ਲੱਗ ਪਿਆ, ਕੋਈ ਲਿਫਾਫੇ ਦੇਣ ਲੱਗ ਪਿਆ, ਕੋਈ ਉਹਨੂੰ ਝਾੜੂ ਦੇਣ ਲੱਗ ਗਿਆ ਕਿ ਤੂੰ ਸਾਫ਼ ਕਰ ਲਾ। ਅਤੇ ਉਹਦੇ ਉੱਤੇ ਇੱਕ ਆਰਟੀਕਲ ਲਿਖਿਆ ਗਿਆ ਅਤੇ ਉਸ ਬੰਦੇ ਨੂੰ ਬਾਅਦ ਵਿੱਚ ਕਸਤੂਰੇ ਦੇ ਵਿੱਚ ਬੁਲਾਇਆ ਗਿਆ। ਅਤੇ ਕਸਤੂਰੇ ਦੇ ਵਿੱਚ ਬੁਲਾ ਕੇ ਬੱਬਰ ਨਾਂ ਆਇਆ ਉਹਦਾ ਮੁੰਡੇ ਦਾ, ਉਹਨੂੰ ਇਹ ਕਿਹਾ ਗਿਆ ਕਿ ਆਹ ਆਰਟੀਕਲ ਅਸੀਂ ਤੇਰੇ ਬਾਰੇ ਪੜ੍ਹਿਆ ਜਿਹਦੇ ਵਿੱਚ ਅਸੀਂ ਦੇਖਿਆ ਕਿ ਤੂੰ ਇਟਲੀ ਦੇ ਵਿੱਚ ਆਪਣੇ ਆਪ ਨੂੰ ਇੱਕ ਵਧੀਆ ਨਾਗਰਿਕ ਪੇਸ਼ ਕੀਤਾ ਅਤੇ ਇਸ ਕਰਕੇ ਅਸੀਂ ਤੈਨੂੰ ਪੇਪਰ ਦੇ ਰਹੇ ਹਾਂ। ਅਤੇ ਉਹ ਬੰਦਾ ਜਿਸ ਔਰਤ ਨੇ ਆਰਟੀਕਲ ਲਿਖਿਆ ਸੀ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਸੀ, ਉਹਦੇ ਕੋਲ ਗਿਆ ਅਤੇ ਉਹਦੇ ਕੋਲ ਜਾ ਕੇ ਉਹਨੂੰ ਉਹ ਆਰਟੀਕਲ ਦਿਖਾਇਆ ਅਤੇ ਉਹਦੀ ਆਪਣੇ ਹੱਥ ਦੀ ਸਜੋਰ ਨੂੰ ਦਿਖਾਈ। ਅਤੇ ਉਹ ਬੰਦੇ ਨੂੰ ਕਾਫੀ ਟਾਈਮ ਹੋ ਗਿਆ ਇਹ ਸਜੋਰ ਨੂੰ ਨਹੀਂ ਮਿਲ ਰਹੀ ਸੀ। ਫਿਲਹਾਲ ਇਹ ਗੱਲ ਮੈਂਸ਼ਨ ਨਹੀਂ ਕੀਤੀ ਗਈ ਉਸ ਅਖਬਾਰ ਦੇ ਵਿੱਚ, ਉਹ ਬੰਦੇ ਨੇ ਆਪਣੀ ਰਿਕੁਐਸਟ ਅਜ਼ੀਲ ਕੀਤੀ ਸੀ ਕਿ ਉਹ ਜਮ੍ਹਾਂ ਹੀ 2 ਨੰਬਰ 'ਚ ਸੀਗਾ। ਸਿਰਫ ਇਹ ਲਿਖਿਆ ਗਿਆ ਸੀ ਪੇਪਰ ਦੇ ਵਿੱਚ, ਅਖਬਾਰ ਦੇ ਵਿੱਚ ਇਹੀ ਲਿਖਿਆ ਗਿਆ ਕਿ ਉਹ ਬੰਦੇ ਕੋਲ ਪੇਪਰ ਨਹੀਂ ਸੀ, ਉਹਨੇ ਆਪਣਾ ਸੋਸ਼ਲ ਵਰਕ ਦਾ ਕੰਮ ਕੀਤਾ, ਆਪਣੇ ਆਪ ਨੂੰ ਇੱਕ ਵਧੀਆ ਨਾਗਰਿਕ ਸਾਬਤ ਕੀਤਾ ਅਤੇ ਉਸ ਤੋਂ ਬਾਅਦ ਉਹਨੂੰ ਪੇਪਰ ਮਿਲ ਗਏ। ਅਗਰ ਤੁਸੀਂ ਵੀ ਕਿਸੇ ਦੀ ਜਾਨ ਬਚਾਉਂਦੇ ਹੋ, ਮੈਂ ਹੁਣ ਇਹ ਨਹੀਂ ਅਸੀਂ ਸਾਨੂੰ ਕਹਿ ਰਹੇ ਵੀ ਕਿਸੇ ਨੂੰ ਤੁਸੀਂ ਧੱਕਾ ਦੇ ਦਿਓ ਅਤੇ ਧੱਕਾ ਦੇਣ ਤੋਂ ਬਾਅਦ ਉਹਨੂੰ ਬਚਾਓ, ਕਿਸੇ ਕਿਸੇ ਪਾਸੇ ਇੱਦਾਂ ਹੋਇਆ ਵੀ ਆ, ਅਤੇ ਉਹਦੇ ਨਾਲ ਵੀ ਤੁਹਾਨੂੰ ਇੱਕ ਵਧੀਆ ਸੋਚ ਦੇ ਮੱਦੇ ਨਜ਼ਰ ਰੱਖਦੇ ਤੁਹਾਨੂੰ ਪੇਪਰ ਮਿਲ ਸਕਦੇ ਆ। ਬਾਕੀ ਉਮੀਦ ਇਹੀ ਕਰਦੇ ਹਾਂ ਕਿ ਸਰਕਾਰ ਇੱਕ ਬਹੁਤ ਹੀ ਛੇਤੀ ਫੈਸਲਾ ਲਊਗੀ ਜਿਹਦੇ ਨਾਲ ਜਿੰਨੇ ਵੀ ਇਟਲੀ ਦੇ ਵਿੱਚ ਕੱਚੇ ਬੰਦੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਊਗਾ। ਅਤੇ ਇਹਦੇ ਨਾਲ ਸਾਡੀਆਂ ਅੱਜ ਦੀਆਂ ਜਿਹੜੀਆਂ ਖਬਰਾਂ ਸਮਾਪਤ ਹੋਣੀਆਂ ਜੀ, ਮਿਲਾਂਗੇ ਅਸੀਂ ਆਪਣੀਆਂ ਕੱਲ੍ਹ ਦੀਆਂ ਖਬਰਾਂ ਵਿੱਚ। ਉਮੀਦ ਕਰਦੇ ਹਾਂ ਕਿ ਕੋਈ ਵਧੀਆ ਖਬਰ ਸਾਨੂੰ ਜ਼ਰੂਰ ਆ ਗਈ ਜੋ ਕਿ ਅਸੀਂ ਤੁਹਾਨੂੰ ਦੱਸਾਂਗੇ। ਅਤੇ ਚਲੋ ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਸੁਣ ਰਹੇ ਸੀ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।